ਤੁਸੀਂ ਪੀਜ਼ਾ ਖਾ ਲਓ ਮਾਰਕੀਟ ਤੋਂ ਜਾਂ ਸਾਡਾ ਨਾਨ ਖਾ ਲਓ, ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਭਾਜੀ ਪੀਜ਼ਾ ਹੈ ਕਿ ਨਾਨ ਹੈ। ਭਾਜੀ ਐਕਚੁਅਲੀ ਫਾਦਰ ਸਾਹਿਬ ਸਾਡੇ 1973 ਵਿੱਚ ਵਿਸ਼ਾਲ ਸਿਨੇਮਾ ਤੇ ਛੋਲੇ ਭਟੂਰੇ ਦੀ ਰੇਡੀ ਲਗਾਉਂਦੇ ਸੀ ਸ਼ੁਰੂ ਤੋਂ ਹੀ। ਆਪਾਂ 1.5 ਰੁਪਏ ਪਲੇਟ ਛੋਲੇ ਭਟੂਰੇ ਵੇਚਦੇ ਸੀ ਉਸ ਟਾਈਮ ਤੇ। ਫਾਦਰ ਸਾਹਿਬ ਦੇ ਬਿਮਾਰ ਹੋਣ ਤੋਂ ਬਾਅਦ ਅਸੀਂ ਥੋੜਾ ਟਾਈਮ ਕੰਮ ਬੰਦ ਰੱਖਿਆ, ਫਿਰ ਉਸ ਤੋਂ ਬਾਅਦ ਕੰਟੀਨਿਊਸ ਇਹੀ ਕੰਮ ਕੀਤਾ ਆਪਣਾ ਖਾਣ ਪੀਣ ਦਾ, ਛੋਲੇ ਭਟੂਰੇ ਦਾ ਹੀ ਮੇਨ ਜੀ। ਆਪਣਾ ਰਜ਼ੋਰੀ ਗਾਰਡਨ ਪਹਿਲੇ ਮੈਟਰੋ ਸਟੇਸ਼ਨ ਕੋਲ ਸੀ, ਰਾਮ ਜੀ ਦੀ ਹੱਟੀ ਆਪਣੀ 2004 ਆਪਾਂ ਉੱਥੇ ਓਪਨਿੰਗ ਕੀਤੀ ਸੀ, ਪਹਿਲੇ ਸਟਾਰਟ ਕੀਤਾ ਸੀ ਪ੍ਰੇਮ ਦੀ ਹੱਟੀ ਦੇ ਨਾਲ, ਤੇ ਉਸ ਤੋਂ ਬਾਅਦ ਕਿਸੇ ਪ੍ਰੋਬਲਮ ਦੇ ਕਰਕੇ ਦੁਕਾਨ ਸਾਨੂੰ ਬੰਦ ਕਰਨੀ ਪਈ ਤੇ 2007 ਹੀ ਹਰਿਆਣਾ ਸ਼ਿਫਟ ਹੋ ਗਏ ਸੀ, ਤੇ 2007 ਤੋਂ ਫਿਰ ਇੱਥੇ ਕੰਟੀਨਿਊ ਕਰ ਰੱਖਿਆ ਆਪਣਾ ਰੈਸਟੋਰੈਂਟ। ਇਹ ਸਾਡੀ ਮਿਕਸਰ ਜੀ ਵੀਰ ਜੀ, ਇਹ ਹੱਥੋਂ ਹੱਥ ਫਰੈਸ਼ ਰੈਡੀ ਹੁੰਦੀ ਹੈ, ਇਹ ਆਪਣਾ ਕੜਾਈ ਪਨੀਰ ਵੀਰ ਜੀ, ਇਹ ਆਪਣੀ ਗ੍ਰੇਵੀ ਚਾਪ, ਇਹਦੇ 'ਚ ਅਸੀਂ 2-3 ਫਲੇਵਰ ਬਣਾਉਣੇ ਨੇ, ਤਵਾ ਚਾਪ, ਮਸਾਲਾ ਚਾਪ, ਗ੍ਰੇਵੀ ਚਾਪ, ਇਹਦੇ 'ਚ ਅਲੱਗ ਅਲੱਗ ਫਲੇਵਰ ਬਣਦੇ ਨੇ ਵੀਰ ਜੀ। ਠੀਕ ਹੈ ਜੀ। ਇਹ ਆਪਣਾ ਰਾਜਮਾ ਮਸਾਲਾ ਵੀਰ ਜੀ। ਰਾਜਮਾ ਕਿਹੜੀ ਯੂਜ਼ ਕਰ ਰਹੇ ਹੋ? ਰਾਜਮਾ ਚਿਤਰਾ ਵੀਰ ਜੀ। ਅੱਛਾ ਜੀ। ਹਾਂਜੀ ਹਾਂਜੀ ਵੀਰ ਜੀ। ਇਹ ਆਪਣੀ ਦਾਲ ਮੱਖਣੀ ਵੀਰ ਜੀ। ਆਪਣੀ ਦਾਲ ਮੱਖਣੀ ਦੇਸੀ ਘਿਓ ਵਾਲੀ ਬਹੁਤ ਫੇਮਸ ਹੈ ਆਸ ਪਾਸ ਦੀ, ਸਾਡੀ ਦੇਸੀ ਘਿਓ ਸਪੈਸ਼ਲ ਦਾਲ ਵੀਰ ਜੀ, ਡਿਮਾਂਡਡ। ਹਾਂਜੀ ਭਾਜੀ। ਇਹ ਆਪਣਾ ਸ਼ਾਹੀ ਪਨੀਰ ਵੀਰ ਜੀ। ਇਹ ਆਪਣਾ ਸ਼ਾਹੀ ਪਨੀਰ ਸਰ। ਇਹ ਆਪਣੀ ਦਾਲ ਤੜਕਾ ਭਾਜੀ, ਛੋਲੇ ਦੀ, ਮਾਂ ਛੋਲੇ ਦੀ। ਹਾਂਜੀ ਭਾਜੀ, ਲੰਗਰ ਵਾਲੀ। ਇਹ ਆਪਣਾ ਬੁੰਦੀ ਰਾਇਤਾ ਵੀਰ ਜੀ। ਸੋ ਤੁਸੀਂ ਮਸਾਲਾ ਪਾਇਆ ਸੀ, ਉਹ ਕਿਹੜਾ ਸੀ? ਇਹ ਜੀਰਾ ਸੀ ਵੀਰ ਜੀ ਪੁਨੇ। ਮਸਾਲਾ ਆਪਾਂ ਯੂਜ਼ ਕਰਨੇ ਆ ਆਪਣਾ ਚਾਟ ਮਸਾਲਾ, ਖੁਦ ਰੈਡੀ ਹੁੰਦਾ ਸਾਡਾ। ਇਹ ਆਪਣਾ ਖੁਦ ਮੈਰੀਨੇਟ ਕਰਕੇ ਇਹਨੂੰ ਰੈਡੀ ਕਰਕੇ ਉਹਦੇ ਉੱਤੇ ਪਾਉਂਦੇ ਆ ਭਾਜੀ। ਕੀ ਬਾਤ ਹੈ ਜੀ। ਹਾਂਜੀ, ਇਹ ਸਾਡੀ ਗ੍ਰੀਨ ਚਟਨੀ ਵੀਰ ਜੀ, ਇਹ ਸਾਡਾ ਸਲਾਈਸ ਓਨੀਅਨ, ਇਹ ਸਾਡਾ ਅਮਰੇ ਦਾ ਅਚਾਰ ਬਹੁਤ ਫੇਮਸ ਹੈ ਭਾਜੀ, ਤੇ ਮਸਾਲੇ ਵਾਲੀ ਮਿਰਚਾਂ। ਆਪਣਾ ਮੇਨ ਮੋਸਟਲੀ ਚੱਲਦਾ ਵੀਰ ਜੀ ਚੂਰ ਚੂਰ ਨਾਨ, ਜੋ ਕਿ ਬਹੁਤ ਫੇਮਸ ਨੇ ਇਸ ਆਸਪਾਸੀ ਦੀ। ਓਏ ਹੋਏ, ਭਰ ਭਰ ਕੇ ਮੱਖਣ ਲਗਾ ਰਹੇ ਨੇ, ਮਤਲਬ ਆਪਣਾ ਪੰਜਾਬੀਆਂ ਦੀ ਜਿਹੜੀ ਜਾਨ ਹੈਗੀ ਮੱਖਣ, ਉਹ ਪੂਰੀ ਚੰਗੀ ਤਰੀਕੇ ਨਾਲ ਲਗਾ ਰਿਹਾ, ਆਹ ਦੇਖੋ ਜੀ। ਤੇ ਇੱਥੇ ਹੋ ਗਈ ਜੀ ਪਨੀਰ ਦੀ ਬਾਰਿਸ਼। ਓਏ ਹੋਏ, ਤੇ ਨਾਲੇ ਆਪਣਾ ਲੱਸੀ ਹੈਗੀ ਤੇ ਨਾਲ ਛੋਲੇ ਭਟੂਰੇ। ਨਾਰਥ ਇੰਡੀਅਨ ਦੇ ਆਪਣਾ ਚਾਈਨੀਜ਼ ਸਾਰਾ ਕੁਝ ਐਡ ਕੀਤਾ, ਤੇ ਤੰਦੂਰੀ ਆਈਟਮ ਇੱਕ ਸ਼ਾਮੀ ਸਨੈਕਸ ਚੱਲਦੇ ਨੇ ਆਪਣੇ ਤੰਦੂਰੀ ਸਾਰੇ। ਇਹ ਚਾਪ ਰੋਲ ਹੋ ਗਏ ਸਾਰੇ, ਚਾਪ ਦੀ 4-5 ਵੈਰਾਈਟੀ ਹੋ ਗਈ, ਮਸ਼ਰੂਮ ਟਿੱਕਾ, ਪਨੀਰ ਟਿੱਕਾ, ਮਲਾਈ ਪਨੀਰ ਟਿੱਕਾ, ਇਹ ਸਾਰੀ ਚੀਜ਼ਾਂ ਫੇਮਸ ਨੇ ਆਪਣੇ ਸ਼ਾਮ ਦੇ ਟਾਈਮ। ਭਾਜੀ ਸਟਾਰਟਿੰਗ ਹੀ ਖੁਦ ਮਿਹਨਤ ਤੋਂ ਕੀਤੀ ਹੈ ਭਾਜੀ, ਸ਼ੁਰੂ ਤੋਂ ਹੀ ਖੁਦ ਕਰਨੇ ਆ ਤਾਂ ਕੰਮ ਇੱਥੇ ਤੱਕ ਪਹੁੰਚੇ ਗੁਰਦੇਵ ਬਾਦਲ ਸਾਹਿਬ ਕਿਰਪਾ ਨਾਲ। ਸ਼ੁਰੂ ਕਿਹੜੇ ਕਿਹੜੇ ਨਾਂ ਹੈਗੇ ਆ ਆਪਣੇ ਕੋਲ? ਮੇਨ ਫੇਮਸ ਭਾਜੀ ਆਲੂ ਚੂਰ ਚੂਰ, ਮਿਕਸ ਚੂਰ ਚੂਰ ਤੇ ਪਨੀਰ। ਆਲੂ ਵਾਲੇ ਰੇਡੀ ਹੁੰਦੇ ਨੇ, ਆਲੂ ਪਿਆਜ਼ ਰੇਡੀ ਹੁੰਦਾ ਹੈ, ਗੋਭੀ ਵਾਲਾ ਤੇ ਮਿਕਸ ਵਾਲਾ, ਤੇ ਪਨੀਰ ਵਾਲਾ ਆਪਾਂ ਹੱਥੋਂ ਹੱਥ ਬਣਾਉਂਦੇ ਆ। ਸੋ ਆ ਦੇਖੋ ਫਰੈਸ਼ ਜਿਹੜੀ ਇਹਨਾਂ ਦੀ ਸਟਫਿੰਗ ਐਟ ਅ ਟਾਈਮ ਬਣਦੀ ਰਹਿੰਦੀ ਹੈ। ਲੋ ਜੀ, ਇੱਧਰ ਆ ਗਿਆ ਜੀ ਪਨੀਰ, ਇੱਧਰ ਆ ਗਿਆ ਧਨੀਆ, ਜੁਆਇਨ ਪਿਆਜ਼ ਆ ਗਿਆ ਜੀ, ਸਵਾਦ ਅਨੁਸਾਰ ਨਮਕ, ਕਿਚਨ ਕਿੰਗ, ਦੇਗੀ ਮਿਰਚ, ਗਰਮ ਮਸਾਲਾ, ਚੰਗੀ ਤਰ੍ਹਾਂ ਮੈਸ਼ ਕੀਤਾ ਜਾ ਰਿਹਾ, ਕਿਉਂਕਿ ਪਨੀਰ ਦੀ ਦੋ ਵੈਰਾਈਟੀ ਨੇ ਸਾਡੇ ਕੋਲ, ਇੱਕ ਪਨੀਰ ਵਾਲਾ ਤੇ ਇੱਕ ਪਨੀਰ ਡਰਾਈ ਫਰੂਟ ਵਾਲਾ, ਤੇ ਜਿਵੇਂ ਜਿਹਦੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਉਸ ਹਿਸਾਬ ਨਾਲ ਰੈਡੀ ਕਰਨੇ। ਆਪਣੇ ਕੋਲ ਪੀਜ਼ਾ ਕੁਲਚਾ ਹੈਗਾ, ਉਹ ਹੱਥੋਂ ਹੱਥ ਰੈਡੀ ਕਰਨੇ ਆ, ਉਹਦੇ ਵਾਸਤੇ 5-7-10 ਮਿੰਟ ਲੱਗਦੇ ਨੇ ਰੈਡੀ ਕਰਨ ਨੂੰ, ਪੂਰਾ ਪ੍ਰੋਪਰ ਪੀਜ਼ਾ ਸਟਫਿੰਗ ਹੁੰਦੀ ਹੈ ਨਾਲ ਚੀਜ਼ ਵਗੈਰਾ ਪਾ ਕੇ, ਪਿਓਰ ਪੀਜ਼ਾ। ਤੁਸੀਂ ਪੀਜ਼ਾ ਖਾ ਲਓ ਜਾਂ ਸਾਡਾ ਕੁਲਚਾ ਖਾ ਲਓ, ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਕਿ ਪੀਜ਼ਾ ਖਾ ਰਹੇ ਆ ਕੁਲਚਾ ਖਾ ਰਹੇ ਆ। ਕੀ ਬਾਤ ਹੈ ਭਾਜੀ, ਮੂੰਹ 'ਚ ਪਾਣੀ ਲੈ ਜਾਂਦੇ ਆ। ਹਾਂਜੀ ਭਾਜੀ। ਓਏ ਹੋਏ, ਕ੍ਰੰਚ ਦੀ ਆਵਾਜ਼ ਇੱਥੇ ਤੱਕ ਆ ਰਹੀ ਆ। ਓਹੋ, ਤੇ ਇਹਦੇ ਉੱਤੇ ਆ ਗਿਆ ਜੀ ਪਨੀਰ, ਇਹ ਕੱਜ ਸਾਰੇ ਨੇ ਪਾ ਕੇ ਦਿੰਦੇ ਆ। ਹਾਂਜੀ ਹਾਂਜੀ ਭਾਜੀ, ਵੈਸੇ ਸਭ ਤੇ ਪਾਉਂਦੇ ਆ, ਕਸਟਮਰ ਕਈ ਨਹੀਂ ਰਿਕੁਆਇਰ ਕਰਦੇ ਤੇ ਮਨਾ ਕਰ ਦਿੰਦੇ ਆ, ਅਸੀਂ ਨਹੀਂ ਪਾਉਂਦੇ ਫਿਰ। ਚੋਪਿੰਗ ਪਿਆਜ਼ ਹੋ ਗਏ, ਮਸ਼ਰੂਮ ਹੋ ਗਈ ਬੋਇਲ ਵਾਲੀ ਵੀਰ ਜੀ, ਕੈਪਸੀਕਮ ਹੋ ਗਏ, ਕੈਰਟ ਹੋ ਗਿਆ, ਗ੍ਰੀਨ ਪਿਆਜ਼ ਹੋ ਗਿਆ ਸਰ, ਸਵੀਟ ਕੋਰਨ ਹੋ ਗਿਆ, ਇਹ ਪਨੀਰ ਹੋ ਗਿਆ ਵੀਰ ਜੀ। ਅਤੇ ਨਾਲ ਆਪਾਂ ਮਸਾਲੇ ਪਾਵਾਂਗੇ ਅਸੀਂ ਵੀਰ ਜੀ, ਇਹ ਚਿਲੀ ਫਲੈਕਸ ਆ ਗਏ ਵੀਰ ਜੀ, ਇਹ ਆਪਣਾ ਓਰੀਗੈਨੋ ਆ ਗਿਆ ਵੀਰ ਜੀ, ਇਹ ਆਪਣਾ ਨਮਕ ਆ ਗਿਆ ਜੀ, ਇਹ ਆਪਣਾ ਮਸਾਲਾ ਆ ਗਿਆ ਵੀਰ ਜੀ ਸਪੈਸ਼ਲ, ਇਹ ਆਪਣਾ ਮਿਰਚ ਆ ਗਈ ਵੀਰ ਜੀ, ਇਹ ਗਰਮ ਮਸਾਲਾ ਆ ਗਿਆ ਵੀਰ ਜੀ, ਇਹ ਥੋੜ੍ਹਾ ਜਿਹਾ ਧਨੀਆ ਆ ਗਿਆ ਵੀਰ ਜੀ ਸਵਾਦ ਵਾਸਤੇ। ਚੀਜ਼ ਲਓ ਉਸਤਾ ਜੀ, ਤੁਸੀਂ ਪੀਜ਼ਾ ਖਾ ਲਓ ਮਾਰਕੀਟ ਤੋਂ ਜਾਂ ਸਾਡਾ ਨਾਨ ਖਾ ਲਓ, ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਭਾਜੀ ਪੀਜ਼ਾ ਹੈ ਕਿ ਨਾਨ ਹੈ। ਇਹ ਤੰਦੂਰੀ ਕੁਲਚਾ ਹੈ, ਤੰਦੂਰੀ ਪੀਜ਼ਾ ਕਹਿ ਸਕਦੇ ਹੋ ਇਹਨੂੰ ਤੁਸੀਂ, ਇਹਦੇ ਵਿੱਚ ਆਟੇ 'ਚ ਵੀ ਬਣ ਜਾਏਗਾ, ਮੈਦੇ 'ਚ ਬਣ ਜਾਏਗਾ, ਅਗਰ ਜਿਵੇਂ ਜਿਹਨੂੰ ਲਾਈਕ ਕਰਨਾ ਉਹਦੇ ਖੜ ਸਕਦਾ ਭਾਜੀ, ਆਟੇ 'ਚ ਵੀ ਬਣ ਜਾਏਗਾ, ਮੈਦੇ 'ਚ ਵੀ ਬਣ ਜਾਏਗਾ, ਸਾਡੇ ਕੋਲ ਸਵਿਗੀ ਜ਼ੋਮੈਟੋ ਦੋਨੋਂ ਹੈਗੇ ਸਰ। ਅੱਛਾ, ਹਾਂਜੀ, ਤੇ ਉਹ ਤਾਂ ਆਪਣੀ ਸਪੈਸ਼ਲ ਸਰਵਿਸ ਵੀ ਹੈਗੀ। ਹਾਂਜੀ, ਸਪੈਸ਼ਲ ਓਨ ਡਿਲੀਵਰੀ ਹੈ। ਚੀਜ਼ ਦੀ ਲਪਾ ਲਪ ਬਾਰਿਸ਼ ਹੋ ਰਹੀ ਆ, ਐਂਡ ਜਿਹੜੀ ਸਟਫਿੰਗ ਹੈਗੀ ਆ ਔਸਮ ਦਿਖ ਰਹੀ ਆ ਯਾਰ। ਬਰੋ ਦਿਓ ਜੀ, ਇਹ ਅੱਛਾ ਉੱਪਰ ਵੀ ਲੱਗਣੀ ਹੈ ਸਟਫਿੰਗ। ਓਏ ਹੋਏ ਹੋਏ, ਕਿਆ ਬਾਤ ਹੈ ਜੀ, ਅੰਦਰ ਵੀ ਸਟਫਿੰਗ ਆ ਚੁੱਕੀ ਤੇ ਉੱਪਰ ਵੀ ਸਟਫਿੰਗ ਆ ਚੁੱਕੀ ਹੈ, ਚੈੱਕ ਕਰੋ ਯਾਰ। ਅੱਛਾ, ਚੀਜ਼ ਵਿੱਚ ਕੋਈ ਕਮੀ ਨਹੀਂ ਹੈਗੀ,
ਤੇ ਪਲੱਸ ਇਹਦੇ ਵਿੱਚ ਫਲੇਵਰ ਵਿੱਚ ਕੋਈ ਕਮੀ ਨਹੀਂ ਹੈਗੀ। ਚਿਲੀ ਫਲੈਕਸ ਆ ਗਏ ਆ ਔਰਗੈਨੋ ਆ ਗਿਆ ਹੋਏ ਹੋਏ ਹੈ ਧਨੀਆ ਲੱਗ ਗਿਆ ਘੈਂਟ ਹੀ ਕੰਮ ਕਰਦਾ ਭਾਜੀ भाजी ने बड़े ध्यान दे नाल इस कुलचे नूं चक्या एंड आ देखो इत्थे लगा दे ते दोस्तों इत्थे हैगा चार अंबी दा चार इत्थे मिर्चा नाल पुदीना चटनी नाल रायता रायते उत्ते इन्होंने जीरा पाया ते इधर हैगी दाल मखनी प्लस इधर हैगा शाही पनीर प्लस इधर देख सकते हो साडा पिज़्ज़ा कुलचा एंड ड्राई फ्रूट पनीर कुलचा एंड उधर मिक्स कुलचा एंड उहदे उत्ते ना काजू ते सोगी ओए होए भर के पाते हैं। तो आ देखो जी इधर हैगी इन्हां दी लस्सी पंजाबियों की फेवरेट चीज़ बहुत ही लाजवाब चीज़ें इतने मेरे सामने पे तो पहले गल की है मैं इतों की करना चाहवागा पिज़्ज़ा कुलचा ट्राई अंदर भी स्टफिंग की है वेजिज की एंड उपर भी ते नाल चीज़ पाया एंड मेरे को सबर नहीं हो पा रहा मैं टेस्ट करदा इसनों यार कुलचे के ना छोले सर्व किए जाते पर इतने कुलचे के ना छोले नहीं इतने शाही पनीर दाल मखनी ते नाल रायता ते नाल इतों पुदीना चटनी ते नाल इतों सैलड सर्व किया जाता है। सो थोड़ी लवांगा पनीर दी सब्जी फिलहाल ना इस कुलचे नूं मैं कल्ला भी टेस्ट करके देख ला कि टेस्ट किदा दा आ रहा मैं तो शब्दों में नहीं बयान कर सकता क्योंकि ना एक्चुअली पिज़्ज़ा कुलचा ना वाकई डिफाइंड है यार कि कुलचे का टेस्ट बिल्कुल आ रहा है पर नाल परौंठे की जो क्रिस्पीनैस आ रही है जो विच घर है तो वेजिज़ का फ्लेवर आ रहा है तो नाल विच घर जो चीज़ का फ्लेवर आ रहा है ना कमाल आ रहा है। इसनों कला भी खा सकते हो तो नाल ये जिहड़ियां सब्जियां दित्तियां उहदे नाल भी खाऊंगे तो भी टेस्टी लगेगा मतलब ऐसा कुलचा जिहड़ा तुसीं कला भी खाओगे तो भी मज़ा आऊगा। भटूरे की फुलावट जिहड़ी हैगी ना ओए होए हले तक हैगी आ आराम दे नाल टुट रहा छोले दे नाल बाइट लैने दी भटूरा एकदम सॉफ्ट आ माउथ में जाते सारी जी बाइट है ना भुल जाती है। साड़ी लोकेशन भी जी अगर मायापुरी तो आ रहे हो तो मेट्रो फोर्जिंग रेलगेट तो राइट आते ही अपना गली नंबर चार के बाहर ही राम जी की हट्टी अपोजिट एम आई जी फ्लैट नियर अपना स्वर्ग आश्रम मंदिर पैदा है। लोकेशन है कि नीचे डिस्क्रिप्शन बॉक्स दी हुई है। सो मिलते हैं अगली वीडियो में। सत श्री अकाल।